ਨਮਸਕਾਰ ਵਿਦਿਆਰਥੀਓ ਪੀਟੈਡ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ YouTube ਚੈਨਲ ਦੇ ਉੱਤੇ ਸਵਾਗਤ ਹੈ ਜੀ ਅੱਜ ਅਸੀਂ 2014 ਦੇ ਵਿੱਚ ਜਿਹੜਾ ਪੇਪਰ ਆਇਆ ਸੀ ਬਾਲ ਵਿਕਾਸ ਦਾ ਔਰ ਪੈਡਾਗੋਗੀ ਦਾ ਉਹ ਹੱਲ ਕਰਾਂਗੇ ਜੀ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਬਣਾ ਕੇ YouTube ਚੈਨਲ ਦੇ ਉੱਤੇ ਪਾਈਆਂ ਹੋਈਆਂ ਨੇ ਜਿਨ੍ਹਾਂ ਨੂੰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੁਸੀਂ ਦੇਖ ਸਕਦੇ ਹੋ ਸੋ ਅੱਜ ਅਸੀਂ 2014 ਦੇ ਪੇਪਰ ਦੇ ਵਿੱਚ ਜਿਹੜੇ ਬਾਲ ਵਿਕਾਸ ਦੇ ਨਾਲ ਸੰਬੰਧਿਤ ਪ੍ਰਸ਼ਨ ਆਏ ਸੀ ਉਹ ਕਰਾਂਗੇ ਇਸ ਦੇ ਨਾਲ ਸਾਨੂੰ ਜਿਹੜੀ ਹੈ ਬਾਲ ਵਿਕਾਸ ਦਾ ਜਿਹੜਾ ਪੇਪਰ ਆਉਂਦਾ ਹੈ ਕਿਸ ਤਰ੍ਹਾਂ ਦਾ ਆਉਂਦਾ ਹੈ ਕਿਵੇਂ ਦਾ ਉਹਦਾ ਪੈਟਰਨ ਹੁੰਦਾ ਹੈ ਉਸ ਨੂੰ ਸਮਝਣ ਦੇ ਵਿੱਚ ਜਿਹੜੀ ਹੈ ਮਦਦ ਮਿਲੇਗੀ। ਸੋ ਸਭ ਤੋਂ ਪਹਿਲਾ ਪ੍ਰਸ਼ਨ ਹੈ ਜੀ ਖਾਲੀ ਥਾਂ ਨਿਰਮਾਣਵਾਦੀ ਢਾਂਚੇ ਦਾ ਸਿਰਜਕ ਹੈ। ਉੱਤਰ ਹੈ ਜੀ ਸੀ ਪਿਆਜੇ। ਪਿਆਜੇ ਜਿਹੜਾ ਹੈ ਉਹ ਨਿਰਮਾਣਵਾਦੀ ਢਾਂਚੇ ਦਾ ਸਿਰਜਕ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 2 ਜੇਕਰ ਇੱਕ ਸਮੱਸਿਆ ਦਾ ਸਮਾਧਾਨ ਕਰਦੇ ਹੋਏ ਇੱਕ ਵਿਅਕਤੀ ਉਸ ਦੇ ਹੱਲ ਕੋਲ ਅਚਾਨਕ ਹੀ ਪਹੁੰਚ ਜਾਂਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸਨੇ ਸਿੱਖਿਆ ਹੈ ਅੰਤਰਦ੍ਰਿਸ਼ਟੀ ਰਾਹੀ ਜੇਕਰ ਕੋਈ ਵਿਅਕਤੀ ਸਮੱਸਿਆ ਨੂੰ ਸਮਵਧਾਨ ਕਰਦੇ ਹੋਏ ਸਮੱਸਿਆ ਦਾ ਹੱਲ ਕਰਦੇ ਹੋਏ ਇੱਕਦਮ ਹੀ ਆਪਣੇ ਜਿਹੜੇ ਟੀਚੇ ਤੇ ਪਹੁੰਚ ਜਾਂਦਾ ਹੈ ਉਸ ਨੂੰ ਜਿਹੜਾ ਕਿਹਾ ਜਾਂਦਾ ਹੈ ਅੰਤਰਦ੍ਰਿਸ਼ਟੀ ਰਾਹੀ ਸਿੱਖਣਾ ਪ੍ਰਸ਼ਨ ਨੰਬਰ 3 ਹੈ ਜੀ ਹੇਠ ਲਿਖਿਆਂ ਵਿੱਚੋਂ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਪੋਜੀਸ਼ਨ ਵਰਕ ਚ ਪ੍ਰੀਖਿਆ ਸਬੰਧੀ ਕਿਹੜੇ ਸੁਧਾਰ ਨੂੰ ਪ੍ਰਮੁੱਖ ਰੂਪ ਵਿੱਚ ਉਜਾਗਰ ਕੀਤਾ ਗਿਆ ਹੈ ਸੀ ਹੈ ਜੀ ਨਿਰੰਤਰ ਮੁਲਾਂਕਨ ਨੂੰ ਨਿਰੰਤਰ ਮੁਲਾਂਕਨ ਨੂੰ ਜਿਹੜਾ ਹੈ ਨੈਸ਼ਨਲ ਕਰਿਕੂਲਮ ਫਰੇਮਵਰਕ ਦੇ ਪੋਜੀਸ਼ਨ ਪੇਪਰ ਦੇ ਪ੍ਰੀਖਿਆ ਦੇ ਵਿੱਚ ਜਿਹੜਾ ਸੁਧਾਰ ਨੂੰ ਮੁੱਖ ਪ੍ਰਮੁੱਖ ਰੂਪ ਦੇ ਵਿੱਚ ਉਜਾਗਰ ਕੀਤਾ ਗਿਆ ਹੈ ਅੱਗੇ ਹੈ ਜੀ ਪ੍ਰਸ਼ਨ ਨੰਬਰ 4 ਹੇਠ ਲਿਖਿਆਂ ਵਿੱਚੋਂ ਕਿਹੜਾ ਕਰਮ درست ਹੈ ਏ ਹੈ ਜੀ ਇਕਾਗਰਤਾ ਧਾਰਨ ਕਰਨਾ ਉਤਪਾਦਨ ਕਰਨਾ ਅਤੇ ਪ੍ਰੇਰਣਾ ਜਿਹੜਾ ਇਹ ਕਰਮ ਹੈ ਚਾਰਾਂ ਦੇ ਵਿੱਚੋਂ ਸਹੀ ਪ੍ਰਸ਼ਨ ਨੰਬਰ 5 ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਿਕ ਸਮਵਾਦ ਰਾਹੀਂ ਬੱਚਿਆਂ ਦੇ ਗਿਆਨ ਦੇ ਵਿਕਾਸ ਦੀ ਵਿਧੀ ਵਿੱਚ ਸ਼ਾਮਲ ਨਹੀਂ ਹੈ ਡੀ ਹੈ ਜੀ ਆਤਮ ਸਾਥ ਕਰਨਾ ਆਤਮ ਸਾਥ ਕਰਨਾ ਹੈ ਜਿਹੜਾ ਉਹ ਸਮਾਜਿਕ ਸਮਵਾਦ ਰਾਹੀਂ ਬੱਚਿਆਂ ਦੇ ਗਿਆਨ ਦੇ ਵਿਕਾਸ ਦੀ ਵਿਧੀ ਵਿੱਚ ਸ਼ਾਮਲ ਨਹੀਂ ਹੈ ਬਾਕੀ ਸਾਰੀਆਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਸ਼ਾਮਲ ਹਨ ਪ੍ਰਸ਼ਨ ਨੰਬਰ 6 ਹੈ ਜੀ ਜਦੋਂ ਕੋਈ ਬੱਚਾ ਦਰਵਮਾਨ ਦੀ ਸੁਰੱਖਿਆ ਦੀ ਕਲਪਨਾ ਨਹੀਂ ਕਰ ਸਕਦਾ ਤਾਂ ਉਹ ਕਿਹੜੀ ਤਾਰਕਿਕ ਕਿਰਿਆ ਕਰਨ ਵਿੱਚ ਸਮਰੱਥ ਨਹੀਂ ਪਰਿਵਰਤਤਮ ਉਹ ਪਰਿਵਰਤਤਾ ਕਰਨ ਦੇ ਵਿੱਚ ਜਿਹੜਾ ਸਮਰੱਥ ਨਹੀਂ ਹੈ ਅਗ ਹੈ ਜੀ ਪ੍ਰਸ਼ਨ ਨੰਬਰ 6 7 ਅਜਿਹੀ ਧਾਰਨਾ ਜੋ ਪਾਸ਼ਾ ਨੂੰ ਦਿਮਾਗ ਦੀ ਸਰੰਚਨਾ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਵੇਖਤੀ ਉਸ ਨੂੰ ਕਿਹਾ ਜਾਂਦਾ ਹੈ ਅਨੁਵੰਸ਼ਕਤਵਾਦੀ ਉਨਵੰਸ਼ਕਤਾਵਾਦੀ ਕਿਹਾ ਜਾਂਦਾ ਹੈ ਅਜਿਹੀ ਧਾਰਨਾ ਨੂੰ ਜੋ ਭਾਸ਼ਾ ਨੂੰ ਦਿਮਾਗ ਵਿੱਚ ਸਰੰਚਨਾ ਵਿੱਚ ਅੰਕਿਤ ਅਨੋਖੀ ਮਾਨਵ ਸਿੱਧੀ ਦੇ ਰੂਪ ਵਿੱਚ ਦੇਖਦੀ ਹੈ। ਪ੍ਰਸ਼ਨ ਨੰਬਰ 8 ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਮਨੁੱਖ ਵਿੱਚ ਭਾਸ਼ਾ ਦਾ ਨਿਰਮਾਣ ਲਈ ਮਹੱਤਵਪੂਰਨ ਹੈ? ਡੀ ਹੈ ਜੀ ਬਰੋਕਾ ਖੇਤਰ। ਬਰੋਕਾ ਖੇਤਰ ਹੈ ਜਿਹੜਾ ਉਹ ਮਨੁੱਖ ਦੇ ਵਿੱਚ ਭਾਸ਼ਾ ਨਿਰਮਾਣ ਲਈ ਮਹੱਤਵਪੂਰਨ ਹੈ। ਅੱਗੇ ਹੈ ਜੀ ਪ੍ਰਸ਼ਨ ਨੰਬਰ 9 ਐਰਿਕਸਨ ਦੇ ਸਿਧਾਂਤ ਅਨੁਸਾਰ ਬੱਚਾ ਕਿਹੜੇ ਪੜਾਅ ਤੇ ਆਪਣੇ ਸੱਭਿਆਚਾਰ ਦੇ ਵਡਮੁੱਲੇ ਸਮਝੇ ਜਾਣ ਵਾਲੇ ਕੌਸ਼ਲਾ ਨੂੰ ਸਿੱਖਣ ਅਤੇ ਉਸ 'ਚ ਵਿਸ਼ੇਸ਼ਕਤਾ ਹਾਸਲ ਕਰਨ ਵਿੱਚ ਬਹੁਤ ਰੀਜਮਾਨ ਹੁੰਦਾ ਹੈ ਇਸ ਦਾ ਉੱਤਰ ਹੈ ਜੀ ਬੀ ਮਿਹਨਤ ਬਨਾਮ ਹਿੰਤਾ ਅੱਗੇ ਹੈ ਜੀ ਪ੍ਰਸ਼ਨ ਨੰਬਰ 10 ਕਿਸੇ ਸਮਾਵੇਸੀ ਢਾਂਚੇ ਵਿੱਚ ਸਕੂਲ ਦਾ ਕਰਿਕੂਲਮ ਲਚਕੀਲਾ ਹੁੰਦਾ ਹੈ ਤਾਂ ਕਿ ਹਰੇਕ ਬੱਚਾ ਢਲ ਜਾਵੇ ਉਸ ਦੇ curriculum ਦੇ ਮੁਤਾਬਕ ਜਿਹੜਾ ਉਹ ਢਲ ਜਾਵੇ ਸਮਾਵੇਸ਼ੀ ਢਾਂਚੇ ਦੇ ਵਿੱਚ ਹੁੰਦਾ ਹੈ ਕਿ ਸਕੂਲ ਦਾ ਜਿਹੜਾ 커리ਕੂਲਮ ਹੁੰਦਾ ਹੈ ਪਾਠਕ੍ਰਮ ਹੁੰਦਾ ਉਹ ਲਚਕੀਲਾ ਹੁੰਦਾ ਹੈ ਤਾਂ ਕਿ ਹਰੇਕ ਬੱਚਾ ਜਿਹੜਾ ਉਸ ਦੇ ਵਿੱਚ ਢਲ ਸਕੇ ਪ੍ਰਸ਼ਨ ਨੰਬਰ 11 ਹੈ ਜੀ ਜਦੋਂ ਇੱਕ ਅਧਿਆਪਕ ਆਪਣੇ ਵਿਦਿਆਰਥੀ ਦੀ ਪੂਰਨ ਗਿਆਨ ਸਮਰੱਥਾ ਨੂੰ ਪਰਖਦਾ ਹੈ ਤਾਂ ਉਹ ਸ਼ਾਮਲ ਹੁੰਦਾ ਹੈ ਸਿੱਖਿਆ ਲਈ ਮੁਲਾਂਕਣ ਵਿੱਚ ਜਦੋਂ ਅਸੀਂ ਕਿਸੇ ਵਿਦਿਆਰਥੀ ਦੇ ਪੂਰਨ ਗਿਆਨ ਦੀ ਸਮਰੱਥਾ ਨੂੰ ਪਰਖਣਾ ਹੈ ਤਾਂ ਉਸ ਦੇ ਵਿੱਚ ਸਿੱਖਿਆ ਲਈ ਮੁਲਾਂਕਣ ਵੀ ਜਿਹੜਾ ਉਹ ਸ਼ਾਮਲ ਹੁੰਦਾ ਹੈ ਪ੍ਰਸ਼ਨ ਨੰਬਰ 12 ਹੈ ਜੀ ਬੁੱਧੀ ਤੇ ਵਾਤਾਵਰਣ ਦੇ ਪ੍ਰਭਾਵ ਦਾ ਅਧਿਐਨ ਕਰਨ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਧੀ کارਗਰ ਨਹੀਂ ਹੈ ਮਨੋਵਿਗਿਆਨਕ ਅਧਿਐਨ ਜਿਹੜਾ ਉਹ کارਗਰ ਨਹੀਂ ਹੈ ਪ੍ਰਸ਼ਨ ਨੰਬਰ 13 ਹੈ ਜੀ ਇੱਕ ਅਧਿਆਪਕ ਲਈ ਮੁਲਾਂਕਣ ਦਾ ਬੁਨਿਆਦੀ ਉਦੇਸ਼ ਹੋਣਾ ਚਾਹੀਦਾ ਹੈ ਵਿਦਿਆਰਥੀਆਂ ਦੀਆਂ ਉਪਲਬਧੀਆਂ ਵਿੱਚਲੇ ਖੱਪਿਆਂ ਦੀ ਪਛਾਣ ਕਰਨਾ ਤੇ ਉਹਨਾਂ ਖੱਪਿਆਂ ਦੀ ਪੂਰਤੀ ਲਈ ਸਹਾਇਤਾ ਕਰਨਾ ਸੋ ਜਦੋਂ ਅਧਿਆਪਕ ਨੇ ਕਿਸੇ ਵਿਦਿਆਰਥੀ ਦਾ ਮੁਲਾਂਕਣ ਕਰਨਾ ਹੈ ਤਾਂ ਉਸਦਾ ਇੱਕ ਪ੍ਰਮੁੱਖ ਉਦੇਸ਼ ਇਹ ਹੋਣਾ ਚਾਹੀਦਾ ਹੈ ਕੀ ਵਿਦਿਆਰਥੀ ਦੇ ਜਿਹੜੀਆਂ ਉਪਲਬਧੀਆਂ ਨੇ ਜੋ ਉਸਨੇ ਹਾਸਲ ਕੀਤਾ ਹੈ ਉਸ ਦੇ ਵਿੱਚ ਜਿਹੜੇ ਖੱਪੇ ਰਹਿ ਗਏ ਕੋਈ ਕਮੀ ਰਹੀ ਹੈ ਉਸ ਦੀ ਪਛਾਣ ਕਰਨਾ ਵੀ ਕੀ ਕਮੀ ਹੈ ਉਸ ਦੀ ਉਪਲਬਧੀਆਂ ਦੇ ਵਿੱਚ ਔਰ ਉਹਨਾਂ ਖੱਪਿਆਂ ਦੀ ਜਿਹੜੀ ਫਿਰ ਉਸ ਦੀ ਪੂਰਤੀ ਦੇ ਵਿੱਚ ਸਹਾਇਤਾ ਕਰਨਾ ਪ੍ਰਸ਼ਨ ਨੰਬਰ 14 ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਸਮਾਜਿਕ ਸਖਲਾਈ ਸਿਧਾਂਤ ਦਾ ਭਾਗ ਨਹੀਂ ਹੈ ਵਿਵਹਾਰਕ ਪ੍ਰਗਟਾ ਕਰਨਾ ਜਿਹੜਾ ਉਹ ਸਮਾਜਿਕ ਸਖਲਾਈ ਸਿਧਾਂਤ ਦਾ ਭਾਗ ਨਹੀਂ ਹੈ ਬਾਕੀ ਜਿਹੜੇ ਤਿੰਨ ਭਾਗ ਨੇ ਉਹ ਅਨੁਕਰਨ ਕਰਨਾ ਪ੍ਰਤੀਪੂਰਨ ਕਰਨਾ ਤੇ ਪ੍ਰੇਖਣ ਕਰਨਾ ਉਹ ਸਮਾਜਿਕ ਸਖਲਾਈ ਸਿਧਾਂਤ ਦੇ ਭਾਗ ਹਨ ਪ੍ਰਸ਼ਨ ਨੰਬਰ 15 ਜੀ ਹੇਠ ਲਿਖਿਆ ਚ ਕਿਹੜੇ ਚਿੰਤਕ ਨੇ ਸਖਲਾਈ ਨੂੰ ਸਮਾਜਿਕ ਮੱਧ ਅਸਤ ਪ੍ਰਕਿਰਿਆ ਵਿੱਚੋਂ ਵਜੋਂ ਉਭਾਰਿਆ ਹੈ ਵਾਈਗੋਸਕੀ ਨੇ ਸਮਾਜਿਕ ਮੱਧ ਅਸਤ ਪ੍ਰਕਿਰਿਆ ਵਜੋਂ ਉਭਾਰਿਆ ਹੈ ਸਖਲਾਈ ਪ੍ਰਸ਼ਨ ਨੰਬਰ 16 ਹੈ ਜੀ ਸਮੁੱਚੀ ਸਖਲਾਈ ਅਤੇ ਪ੍ਰਦਰਸ਼ਨ ਦੇ ਮੂਲ ਵਿੱਚ ਮਾਨਸਿਕ ਪ੍ਰਕਿਰਿਆਵਾਂ ਵਿੱਚ ਪਰਵਰਤਨ ਕਿਹਾ ਜਾ ਸਕਦਾ ਹੈ ਗਿਆਨਾਤਮਕ ਵਿਕਾਸ ਸਮੁੱਚੀ ਸਖਲਾਈ ਦੇ ਅਤੇ ਪ੍ਰਦਰਸ਼ਨ ਦੇ ਵਿੱਚ ਜਦੋਂ ਮਾਨਸਿਕ ਪ੍ਰਕਿਰਿਆਵਾਂ ਦੇ ਵਿੱਚ ਪਰਵਰਤਨ ਆਉਂਦਾ ਹੈ ਤਾਂ ਉਸ ਨੂੰ ਗਿਆਨਾਤਮਕ ਵਿਕਾਸ ਜਿਹੜਾ ਉਹ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 17 ਹੈ ਜੀ ਪ੍ਰੇਰਣਾ ਊਰਜਾ ਨਾਲ ਭਰੀ ਹੋਈ ਹੈ ਉਹ ਆਪਣੀ ਸੀਟ ਤੇ ਟਿੱਕੇ ਨਹੀਂ ਬੈਠਦੀ ਅਤੇ ਵਾਰ-ਵਾਰ ਦੂਜਿਆਂ ਨੂੰ ਟੋਕਦੀ ਹੈ ਉਹ ਉਹਦੇ ਲਈ ਧਿਆਨ ਕੇਂਦਰਿਤ ਕਰਨਾ ਤੇ ਅਧਿਆਪਕ ਨੂੰ ਸੁਣਨਾ ਔਖਾ ਹੁੰਦਾ ਹੈ ਉਸ ਨੂੰ ਕੀ ਕਹਿੰਦੇ ਹਨ ਏ ਡੀ ਐਚ ਡੀ ਏ ਡੀ ਐਚ ਡੀ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 18 ਜੀ 1995 ਦਾ ਪਰਸਨ ਵਿਦ ਡਿਸੇਬਿਲਟੀ ਐਕਟ ਜੋਰ ਦਿੰਦਾ ਹੈ ਸਮਾਨ ਅਫਸਰ ਤੇ ਅਧਿਕਾਰਾਂ ਦੀ ਸੁਰੱਖਿਆ ਤੇ ਤੇ ਪੂਰਨ ਭਾਗੀਦਾਰੀ ਤੇ 1995 ਦਾ ਜਿਹੜਾ ਪਰਸਨਲ ਵਿਦ ਪਰਸਨ ਵਿਦ ਡਿਸੇਬਿਲਟੀ ਐਕਟ ਜਿਹੜਾ ਹੈ ਉਹ ਜ਼ੋਰ ਦਿੰਦਾ ਹੈ ਕਿ ਜੇ ਕਿਸੇ ਦੇ ਵਿੱਚ ਕੋਈ ਡਿਸੇਬਿਲਟੀ ਵੀ ਹੈ ਤਾਂ ਉਸ ਨੂੰ ਵੀ ਸਮਾਨ ਜਿਹੜੇ ਨੇ ਅਫਸਰ ਮੌਕੇ ਜਿਹੜੇ ਮਿਲਣੇ ਚਾਹੀਦੇ ਨੇ ਉਸ ਦੇ ਅਧਿਕਾਰਾਂ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਤੇ ਉਸ ਦੀ ਵੀ ਸਮਾਜ ਦੇ ਵਿੱਚ ਪੂਰਨ ਭਾਗੀਦਾਰੀ ਹੋਣੀ ਚਾਹੀਦੀ ਹੈ ਇਸ ਦਾ ਉੱਤਰ ਹੈ ਜੀ ਡੀ ਉਪਰੋਕਤ ਸਾਰੇ ਪ੍ਰਸ਼ਨ ਨੰਬਰ 19 ਹੈ ਜੀ ਪਿਆਜੇ ਅਨੁਸਾਰ ਹੇਠ ਲਿਖਿਆਂ ਵਿੱਚੋਂ ਕਿਹੜੇ ਪੜਾਅ ਵਿੱਚ ਬੱਚਾ ਅਮੂਰਤ ਸੰਕਲਪਾਂ ਦੇ ਬਾਰੇ ਤਾਂਤ੍ਰਿਕ ਰੂਪ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈ ਉੱਤਰ ਹੈ ਜੀ ਬੀ ਅਪਚਾਰਕ ਸੰਕਰਿਆਤਮਕ ਪੜਾਅ ਵਿੱਚ ਅਪਚਾਰਕ ਸੰਕਰਿਆਤਮਕ ਪੜਾਅ ਦੇ ਵਿੱਚ ਜਿਹੜਾ ਬੱਚਾ ਉਹ ਅਮੂਰਤ ਸਕਲੰਪਨਾਵਾਂ ਦੇ ਬਾਰੇ ਤਾਂਤ੍ਰਿਕ ਰੂਪ ਵਿੱਚ ਸੋਚਣਾ ਸ਼ੁਰੂ ਕਰ ਦਿੰਦਾ ਹੈ ਪ੍ਰਸ਼ਨ ਨੰਬਰ 20 ਹੈ ਜੀ ਹੇਠ ਲਿਖਿਆਂ ਚੋਂ ਕਿਹੜਾ ਵਿਕਾਸਾਤਮਕ ਮਨੋਵਿਗਿਆਨ ਵਿੱਚ ਚਰਚਾ ਦਾ ਵਿਸ਼ਾ ਨਹੀਂ ਹੈ ਮਨ ਤੇ ਸਰੀਰ ਜਿਹੜਾ ਉਹ ਵਿਕਾਸਾਤਮਕ ਮਨੋਵਿਗਿਆਨ ਮਨੋਵਿਗਿਆਨ ਵਿੱਚ ਚਰਚਾ ਦਾ ਵਿਸ਼ਾ ਨਹੀਂ ਮੰਨਿਆ ਜਾਂਦਾ ਪ੍ਰਸ਼ਨ ਨੰਬਰ 22 ਜੀ ਹੇਠ ਲਿਖਿਆਂ ਵਿੱਚੋਂ ਕਿਹੜੇ ਪੜਾਅ ਵਿੱਚ ਬੱਚਾ ਕਿਰਤਿਕ ਵਿਸ਼ਵਾਸ ਮੇਕ ਬਲੀਵ ਖੇਡ ਵਿੱਚ ਰੁਝਿਆ ਰਹਿੰਦਾ ਹੈ ਪੂਰਵ ਸੰਕਰਿਆਤਮਕ ਪੜਾਅ ਵਿੱਚ ਪ੍ਰਸ਼ਨ ਨੰਬਰ 22 ਹੈ ਜੀ ਜਦੋਂ ਬੱਚਾ ਆਪਣੇ ਸਾਥੀਆਂ ਦੇ ਦਬਾਅ ਵਿੱਚ ਆ ਜਾਂਦਾ ਹੈ ਤਾਂ ਉਸ ਸਥਿਤੀ ਨੂੰ ਕੀ ਕਿਹਾ ਜਾਂਦਾ ਹੈ ਸਹਿਯੋਗ ਕਰਨਾ ਜਦੋਂ ਬੱਚਾ ਆਪਣੇ ਸਾਥੀਆਂ ਦੇ ਦਬਾਅ ਦੇ ਵਿੱਚ ਆ ਜਾਂਦਾ ਹੈ ਤਾਂ ਉਸ ਨੂੰ ਸਹਿਯੋਗ ਕਰਨਾ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 23 ਹੈ ਜੀ ਏ ਐਫ ਏ ਐਸ ਤੋਂ ਕੀ ਸਮਝਦੇ ਹੋ ਫਾਰਮਲ ਐਲਕੋਹਲ ਸਿੰਪਟਮਸ ਐਫ ਏ ਐਸ ਦਾ ਮਤਲਬ ਹੈ ਫਾਰਮਲ ਐਲਕੋਹਲ ਸਿੰਪਟਮਸ ਪ੍ਰਸ਼ਨ ਨੰਬਰ 24 ਹੈ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਨਿਰਮਾਣਾਤਮਕ ਫਾਰਮੇਟਿਵ ਮੁਲਾਂਕਣ ਦਾ ਢੰਗ ਨਹੀਂ ਹੈ ਸਲਾਨਾ ਪ੍ਰੀਖਿਆ ਜਿਹੜੀ ਉਹ ਫਾਰਮੇਟਿਵ ਨਿਰਮਾਣਾਤਮਕ ਮੁਲਾਂਕਣ ਦਾ ਢੰਗ ਨਹੀਂ ਹੈ ਬਾਕੀ ਜਿਹੜੇ ਨੇ ਉਹ ਨਿਰਮਾਣਾਤਮਕ ਜਿਹੜਾ ਮੁਲਾਂਕਣ ਦੇ ਢੰਗ ਨੇ ਅਸਾਈਨਮੈਂਟ ਬੱਚੇ ਤੋਂ ਤਿਆਰ ਕਰਵਾਣੀ ਸਮੂਹ ਕਾਰਜ ਕਰਵਾਉਣੇ ਜਮਾਤ ਵਿੱਚ ਚਰਚਾ ਕਰਾਉਣੀ ਇਸ ਨਾਲ ਬੱਚੇ ਦੇ ਵਿੱਚ ਜਿਹੜਾ ਉਹ ਨਿਰਮਾਣ ਹੁੰਦਾ ਹੈ ਵਿਚਾਰਾਂ ਦਾ ਸਲਾਨਾ ਪ੍ਰੀਖਿਆ ਜਿਹੜੀ ਹੈ ਉਹ ਨਿਰਮਾਣ ਆਤਮਕ ਮੁਲਾਂਕਣ ਦਾ ਢੰਗ ਜਿਹੜਾ ਉਹ ਨਹੀਂ ਹੈ ਪ੍ਰਸ਼ਨ ਨੰਬਰ 25 ਹੈ ਜੀ ਡੈਸ਼ ਵਿੱਚ ਤੁਹਾਡੇ ਸਵੈ ਚਿੰਤਨ ਅਤੇ ਸਮੱਸਿਆ ਦਾ ਹੱਲ ਕਰਨ ਦੀ ਯੋਗਤਾ ਸ਼ਾਮਲ ਹੈ ਇਹ ਹੈ ਜੀ ਮੋਟਾ ਗਿਆਨਾਤਮਕ ਕਾਸ਼ਲ ਜਿਹੜਾ ਮੈਟਾ ਗਿਆਨਾਤਮਕ ਕਾਸ਼ਲ ਹੈ ਉਸ ਦੇ ਵਿੱਚ ਸਵੈ ਚਿੰਤਨ ਅਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਸ਼ਾਮਲ ਹੁੰਦੀ ਹੈ ਪ੍ਰਸ਼ਨ ਨੰਬਰ 26 ਹੈ ਜੀ ਵਿਸ਼ੇਸ਼ ਲੋੜਾਂ ਵਾਲੇ ਹਰੇਕ ਬੱਚੇ ਦੇ ਵਿਦਿਅਕ అనుభవ ਨੂੰ ਸੁਖਾਲਾ ਕਰਨ ਲਈ ਲਿਖਤ ਰੂਪ ਵਿੱਚ ਵਿਕਸਿਤ ਕਰੀਕੂਲਮ ਦਾ ਸੁਧਾਈ ਕਾਰਜਕ ਹੁੰਦਾ ਹੈ ਵਿਅਕਤੀਗਤ ਵਿਦਿਅਕ ਕਾਰਜਕਰਮ ਜਿਹੜੇ ਵਿਸ਼ੇਸ਼ ਲੋੜਾਂ ਵਾਲੇ ਬੱਚੇ ਨੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਡਿਸੇਬਿਲਟੀ ਹੈ ਉਹ ਬੱਚਿਆਂ ਦੇ ਲਈ ਵਿਦਿਆਕਰਨ ਭਾਵ ਨੂੰ ਸੁਖਾਲਾ ਕਰਨ ਲਈ ਉਹਨਾਂ ਬੱਚਿਆਂ ਦੇ ਵਿੱਚ ਉਹ ਸ਼ਮਤਾ ਨਹੀਂ ਹੁੰਦੀ ਜੋ ਆਮ ਬੱਚਿਆਂ ਦੇ ਵਿੱਚ ਹੁੰਦੀ ਹੈ ਸੋ ਉਹਨਾਂ ਵਾਸਤੇ ਜਿਹੜਾ ਹੈ ਪਾਠਕਰਨ ਨੂੰ ਸੁਖਾਲਾ ਕਰਨ ਲਈ ਲਿਖਤ ਰੂਪ ਵਿੱਚ ਵਿਕਸਿਤ ਜਿਹੜੀ ਸੁਧਾਈ ਕੀਤੀ ਜਾਂਦੀ ਹੈ ਉਸ ਨੂੰ ਕਹਿੰਦੇ ਆ ਵਿਅਕਤੀਗਤ ਵਿਦयक ਕਾਰਜਕਰਮ ਪ੍ਰਸ਼ਨ ਨੰਬਰ 27 ਜੀ ਕਿਹੜੇ ਚਿੰਤਕ ਨੇ ਇਹ ਦਾਵਾ ਕੀਤਾ ਕਿ ਉਹ ਵਿਅਕਤੀ ਨੂੰ ਉਸ ਦੀਆਂ ਪ੍ਰਵਿਰਤੀਆਂ ਯੋਗਤਾਵਾਂ ਨਸਲ ਸੱਭਿਆਚਾਰ ਆਦਿ ਦੇ ਤੇ ਧਿਆਨ ਦਿੱਤੇ ਬਿਨਾ ਆਪਣੀ ਇੱਛਾ ਅਨੁਸਾਰ ਕੁਝ ਵੀ ਬਣਾਉਣ ਲਈ ਸਿੱਖਿਅਤ ਕਰ ਸਕਦਾ ਹੈ ਵਾਟਸਨ ਨੇ ਵਾਟਸਨ ਨੇ ਕਿਹਾ ਸੀ ਕਿ ਉਹ ਇਹ ਦਾਵਾ ਕਰਦਾ ਹੈ ਕਿ ਉਹ ਵਿਅਕਤੀ ਨੂੰ ਉਸ ਦੀਆਂ ਪ੍ਰਵਿਰਤੀਆਂ ਯੋਗਤਾਵਾਂ ਨਸਲ ਸੱਭਿਆਚਾਰ ਆਦਿ ਤੇ ਧਿਆਨ ਦਿੱਤੇ ਬਿਨਾ ਵੀ ਇਹਨਾਂ ਗੱਲਾਂ ਤੇ ਧਿਆਨ ਦਿੱਤੇ ਬਿਨਾ ਆਪਣੀ ਇੱਛਾ ਅਨੁਸਾਰ ਕੁਝ ਵੀ ਉਹ ਉਸ ਨੂੰ ਬਣਾਉਣ ਲਈ ਸਿੱਖਿਤ ਕਰ ਸਕਦਾ ਹੈ। ਪ੍ਰਸ਼ਨ ਨੰਬਰ 28 ਹੈ ਜੀ ਡੈਸ਼ ਨੇ ਹੋਂਦ ਬਨਾਮ ਭੂਮਿਕਾ ਦੇ ਸੰਵਾਦ ਦਾ ਸੰਮਲਕ ਸੰਕਲਪ ਦਿੱਤਾ ਜਿਹੜਾ ਡੈਸ਼ ਪੜਾ ਤੇ ਵਾਪਰਦਾ ਹੈ। ਉੱਤਰ ਹੈ ਜੀ ਅਰਿਕਸਨ। ਅਰਿਕਸਨ ਨੇ ਹੋਂਦ ਬਨਾਮ ਭੂਮਿਕਾ ਦੇ ਦਵੰਦ ਦਾ ਸੰਕਲਪ ਦਿੱਤਾ ਜਿਹੜਾ ਗਬਰੇਟ ਅਵਸਥਾ ਤੇ ਵਾਪਰਦਾ ਹੈ। ਸੋ ਸਾਡਾ ਉੱਤਰ ਹੈ ਜੀ ਬੀ। ਅੱਗੇ ਹੈ ਜੀ ਪ੍ਰਸ਼ਨ ਨੰਬਰ 29 ਗ੍ਰਹਿਆਂ ਦੇ ਕਰਮ ਨੂੰ ਯਾਦ ਰੱਖਣ ਲਈ ਬੱਚਾ ਤੁਕਬੰਦੀ ਕਰਦਾ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ ਨਿਊ ਮੌਨਿਕ ਇਸ ਨੂੰ ਨਿਊ ਮੌਨਿਕ ਕਿਹਾ ਜਾਂਦਾ ਹੈ ਬਰੂਨਰ ਨੇ ਗਿਆਨਾਤਮਕ ਵਿਕਾਸ ਦੇ ਪ੍ਰਮੁੱਖ ਪੜਾਵਾਂ ਦੀ ਪਛਾਣ ਕੀਤੀ ਇਹਨਾਂ ਪੜਾਵਾਂ ਦਾ ਸਹੀ ਕਰਮ ਹੈ ਸ ਕਿਰਿਆ ਪ੍ਰਤੀਮਾ ਪ੍ਰਤੀਮਾਰਪਕ ਤੇ ਪ੍ਰਤੀਕਾਤਮਕ ਸੋ ਸਾਡਾ ਉੱਤਰ ਹੈ ਜੀ ਸੀ ਸੋ ਇਹ ਸੀ ਦੋ ਹਜ਼ਾਰ 14 ਦੇ ਵਿੱਚ ਜਿਹੜਾ ਪੇਪਰ ਆਇਆ ਸੀ ਬਾਲ ਵਿਕਾਸ ਦਾ ਉਸ ਦੇ ਨਾਲ ਸੰਬੰਧਿਤ ਉਸ ਵਿੱਚ ਆਏ ਪ੍ਰਸ਼ਨ ਉੱਤਰ ਉਮੀਦ ਹੈ ਕਿ ਤੁਹਾਡੀ ਜਿਹੜੀ ਤਿਆਰੀ ਦੇ ਵਿੱਚ ਹੈਲਪ ਕਰਨਗੇ ਸੋ ਜੇ ਇਹ ਪਸੰਦ ਆਇਆ ਤਾਂ ਇਸ ਨੂੰ ਲਾਈਕ ਜਰੂਰ ਕਰਿਆ ਕਰੋ ਔਰ ਇਸ ਨੂੰ ਵੱਧ ਵੱਧ ਸ਼ੇਅਰ ਕਰੋ ਔਰ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ